सत श्री अकाल जी, स्वागत है रोजाना टाइम च। एक पासे पंजाब सरकार भ्रिष्टाचार नूं खत्म करन ते लगी हुई है ते दूजे पासे एक पुलिस मुलाजम की गंदी करतूत देखण नूं मिल रही है। दस दिए कि तस्वीरां लुधियाणे तो सामने आ रही ने जिथे एक पुलिस मुलाजम शरेआम रिश्वत लैंदा होया रंगी हत्थी काबू किया। दस दिए कि उत्थे ही एक व्यक्ति दे वल्लों कहा जा रहा है कि पुलिस मुलाजम दे वल्लों उसनू 3 दिन हो गए लगातार परेशान किया जा रहा सी ते रिश्वत मंगी जा रही सी। दस दिए कि उत्थे रिश्वत लैंदे हुए इस पुलिस मुलाजम की शरेआम जिहड़ी वीडियो बना ली गई है ते जिसनू सोशल मीडिया ते पाया गया ते जिस तों बाद काफ़ी वायरल हुंदी दिखाई दे रही है। ते दस दिए कि उत्थे व्यक्ति दे वल्लों मंग की जा रही है कि कार्रवाई की जाए ते पंजाब सरकार नू भी उन्होंने अपील की है कि जो भी बनती कार्रवाई वह की जाए। लो जी, पहला है 9227 40। इधर नोट कर 9227 40। बराबर कर ला यार, दस पहला नोट जी 9227 40 कि 9227 40 ਠੀਕ ਹੈ ਜੀ। ਕੋਈ ਗੱਲ ਨਹੀਂ ਕੋਈ ਗੱਲ ਨਹੀਂ, ਦੇਖੇ ਹੋਇਆ 14-02-15 ਦੂਜਾ ਨੋਟ ਜੀ, ਦੂਜਾ ਨੰਬਰ ਦੇ ਪਿੱਛੇ ਕਿੱਥੇ 93-36-02 ਇੱਧਰ ਦਿਖਾ ਯਾਰ, ਕਿੰਨਾ ਦਿਖਾ ਦਿਖਾ 93-36-02 93-36-02 ਹੋਇਆ ਕੀ ਹੈ ਜੀ ਦੱਸੋ ਸਾਡੇ ਅਹੁਦੇਦਾਰਾਂ ਤੋਂ ਪੈਸੇ ਮੰਗੀ ਜਾਂਦਾ ਲੋਕਾਂ ਦਾ ਕੀ ਹਾਲ ਕਰ ਦਊ ਇਹ। पंद्रह 94-97 पार्टी ब्लाक प्रधान खड़े है। चलो कोई गल नहीं, 9-79-02 ਕਿੰਨਾ 9-79-02 ਆ ਦੇਖੋ ਜੀ 9-79-02 ਆ ਖੜ ਜਾ 9-79-02 ਕਿੱਥੇ ਆ ਆ ਰਿਹਾ 9-79-02 93-57-84 ਕਿੰਨਾ 93-57-84 14-77-73 14-77-73 हाँ बिल्कुल 98-09-35 98-09-35 अगला नंबर है 47-00-80
47 00 80 ਕੱਢੀ ਚ ਆ ਥੱਲੇ ਹੋਣਾ ਲਾਸਟ ਤੇ ਇੱਕ ਲੱਗ ਗਈ ਆ ਚੋ ਨਾ ਹੋ ਚਤ 47 00 80 ਆ ਆ ਦੇਖ 47 00 80 ਹਾਂਜੀ ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ ਜੀ ਮੈਂ ਵਿਪਨ ਕੁਮਾਰ ਜੀ ਵਪਾਰ ਮੰਡਲ ਰਾਏਕੋਟ ਪ੍ਰੈਜ਼ੀਡੈਂਟ ਜੀ ਇਹ ਜਿਹੜੀ ਰਿਸ਼ਵਤ ਲਈ ਸੀ 5000 ਰੁਪਈਆ ਨਿਰਮਲ ਸਿੰਘ ਜੀ ਨੇ ਮੇਰੇ ਤੋਂ ਲਈ ਸੀ ਇਹ ਮੈਨੂੰ ਤਕਰੀਬਨ 3 ਦਿਨਾਂ ਤੋਂ ਲਗਾਤਾਰ ਪਰੇਸ਼ਾਨ ਕਰ ਰਹੇ ਸੀ ਹੁਣ ਤੁਸੀਂ ਆਪ ਹੀ ਅੰਦਾਜ਼ਾ ਲਾ ਸਕਦੇ ਹੋ ਅਸੀਂ ਅਹੁਦੇਦਾਰ ਬੰਦੇ ਹਾਂ ਅਤੇ ਸਾਡੇ ਤੋਂ ਇਹ ਸ਼ਰੇਆਮ ਪੈਸੇ ਮੰਗਦੇ ਆ ਅਤੇ ਆਮ ਲੋਕਾਂ ਦਾ ਕੀ ਹਾਲ ਕਰਦੇ ਹੋਣਗੇ ਬਸ ਬਾਕੀ ਤਾਂ ਤੁਸੀਂ ਸਾਰਾ ਲਾਈਵ ਦੇਖ ਹੀ ਲਿਆ ਇਸ ਤੋਂ ਬਾਅਦ ਮੈਂ ਕੁਛ ਕਹਿਣਾ ਨਹੀਂ ਚਾਹੁੰਦਾ ਮੈਂ ਜਿਹੜੀ ਬਣਦੀ ਕਾਰਵਾਈ ਆ ਇਹ ਵੀਡੀਓ ਸੀਐਮ ਸਾਹਿਬ ਤੱਕ ਵੀ ਭੇਜੂ ਤੇ ਐਸਐਸਪੀ ਸਾਹਿਬ ਜਗਰਾਉਂ ਨੂੰ ਵੀ ਭੇਜੂ ਆਮ ਆਦਮੀ ਪਾਰਟੀ ਦੇ ਜੀ ਅਹੁਦੇਦਾਰ ਆ ਇਹ ਵਿਪਨ ਕੁਮਾਰ ਡਾਵਰ ਜੀ ਇਹਨਾਂ ਨੂੰ 3-4 ਦਿਨਾਂ ਤੋਂ ਲਗਾਤਾਰ ਪਰੇਸ਼ਾਨ ਕਰ ਰਹੇ ਸੀਗੇ ਚਲੋ ਸਾਰੇ ਅਹੁਦੇਦਾਰ ਬੰਦੇ ਬੈਠੇ ਦੇਖੋ ਬਲਾਕ ਪ੍ਰਧਾਨ ਉਹ ਬੈਠਾ ਬਲਾਕ ਸਿਟੀ ਇੰਚਾਰਜ ਮੈਂ ਬੈਠਾ ਸਿਟੀ ਸਾਡੇ ਨਾਲ ਇਹ ਕੁੱਕ ਨੀ ਜਾਂਦਾ ਲੋਕਾਂ ਨਾਲ ਕੀ ਕਰਦਾ ਹੋਊਗਾ ਚਾਰ ਬੰਦੇ ਨੇ ਫੋਨ ਅੱਜ ਤੋਂ ਅਸੀਂ 15-20 ਦਿਨ ਪਹਿਲਾਂ ਵੀ ਸਰ ਐਸ ਐਸ ਪੀ ਸਾਹਿਬ ਨੂੰ ਵੀ ਦੱਸ ਗਏ ਵੀ ਸਾਡੇ ਰੈਕੋਰਡ ਚਾਹ ਗੰਦ ਪਿਆ ਹੋਇਆ ਐਸ ਐਸ ਪੀ ਨੇ ਪਹਿਲਾਂ ਧਿਆਨ ਚ ਲਿਆ ਦਿੱਤੇ 15-20 ਦਿਨ ਪਹਿਲਾਂ ਦੀ ਗੱਲ ਆ ਉਦੋਂ ਵੀ ਧਿਆਨ ਚ ਲਿਆ ਦਿੱਤੀ ਆ ਗੱਲ ਨਾ ਕਈ ਨਵੇਂ ਬੰਦੇ ਕਿਲੀਆਂ ਪੱਗਾ ਬੰਨ ਕੇ ਪਾਰਟੀ ਸਰ ਕੁਛ ਨਹੀਂ ਖਾਣਾ ਪੀਣਾ ਅਸੀਂ ਤਾਂ ਜਿਹੜੀ ਤੁਹਾਡੇ ਵੱਲੋਂ ਸਰ ਜਿਹੜੀ ਕਾਰਵਾਈ ਆਉਂਦੀ ਆ ਉਹ ਤੁਸੀਂ ਕਰੋ ਜਿਹੜੀ ਐਸ ਐਸ ਪੀ ਸਾਹਿਬ ਵੱਲੋਂ ਕਰਦੀ ਅਸੀਂ ਐਸ ਐਸ ਪੀ ਸਾਹਿਬ ਤੋਂ ਕਰਾਵਾਂਗੇ ਜਿਹੜੇ ਸੀ ਐਮ ਸਾਹਿਬ ਨੂੰ ਤਾਂ ਚਲੋ ਅਸੀਂ ਨੌਲੇਜ ਲਿਆਉਂਦੇ ਅਸੀਂ ਇਹੋ ਜਿਹੇ ਕਰਪਟ ਬੰਦੇ ਆਪਣੇ ਸਟੇਸ਼ਨ 'ਚ ਨਹੀਂ ਲੋੜਨੇ ਹੈਗੇ ਜੀ ਸਟੇਸ਼ਨ 'ਚ ਕੀ ਪੰਜਾਬ 'ਚ ਨਹੀਂ ਰੱਖਣੇ ਹੈਗੇ ਸਾਨੂੰ ਇਹੋ ਜਿਹੇ ਬੰਦਿਆਂ ਦੀ ਨਹੀਂ ਲੋੜ ਪੜ੍ਹੇ ਲਿਖੇ ਮੁੰਡੇ ਬਹੁਤ ਨੇ ਜੀ ਇਹਨਾਂ ਦੀ ਸਾਨੂੰ ਇਹ ਗੱਲ ਪਹਿਲਾਂ ਬਹੁਤ ਵਾਰ ਕਮਾਟਾ ਦਾ ਕਮਲੇ ਜੀ ਬਦਨਾਮ ਹੈ ਸ਼ਹਿਰ ਦੇ ਵਿੱਚੋਂ ਇੰਨੀ ਕਮਾਈ ਨੂੰ ਆਇਆ ਦੱਸੋ ਵਿਪਨ ਦਾ ਢਾਬਾ ਵਾ ਜੀ ਸਾਰੇ ਮਹਿਕਮੇ ਨਾਲੇ ਕਿੱਡਾ ਵਧੀਆ ਸ਼ਰਮ ਜਾਈ ਵੀ ਹਜ਼ਾਰ ਬੰਦੇ ਨੂੰ ਦੱਸ ਦਿਆ ਵਿਪਨ ਦਾ ਵਿਚਾਰਾ ਕਿਸੇ ਵੀ ਰੂਪ ਦਾ ਮੈਂ ਉਹੀ ਗੱਲ ਕਰਦਾ ਵੀ ਮਨ ਸਾਰਾ ਮਹਿਕਮਾ ਹੀ ਸਾਡੇ ਕੋਲ ਆਉਂਦਾ ਗੱਲ ਤਾਂ ਇਹ ਪੋਲੀਟੀਕਲ ਕਰਕੇ ਵੀ ਵੈਸੇ ਵੀ ਕਦੇ ਪਿਆਰ ਆ ਬੰਦੇ ਨਾਲ ਕਦੇ ਵੀ ਆ ਜਾਵੇ ਕਦੇ ਇਹਨੂੰ ਐ ਨਹੀਂ ਐ ਵੀ ਅਸੀਂ ਮੱਥੇ ਵੱਟ ਪਾ ਕੇ ਬੁਲਾਇਆ ਜਾਂ ਰੋਟੀ ਨਾਲ ਖਵਾਈ ਹੋਵੇ ਇਹਨੂੰ ਚਾਰੇ ਬਲਾਕ ਪ੍ਰਧਾਨ ਅਸੀਂ ਆਮ ਆਦਮੀ ਪਾਰਟੀ ਤੋਂ ਮਾਸਟਰ ਮਨਪ੍ਰੀਤ ਜੀ ਪੱਖੋਲ ਤੋਂ ਬਲਾਕ ਪ੍ਰਧਾਨ ਆ ਸੈਲ ਕੋਲ ਖੜੇ ਸਰਦਾਰ ਬਲਾਕ ਦੇ ਪ੍ਰਧਾਨ ਆ ਅਰਵਿੰਦਰ ਸ਼ਹਿਰੀ ਪ੍ਰਧਾਨ ਆ ਬੇਅੰਤ ਸਰਕਲ ਇੰਚਾਰਜ ਉਹ ਖੜਾ ਆ ਗੋਲੂ ਖੜਾ ਆਮ ਆਦਮੀ ਪਾਰਟੀ ਦਾ ਵਲੰਟੀਅਰ ਆਪ ਵਿਪਨ ਡਾਵਰ ਇਹਦਾ ਵੀ ਦਿਲ ਦੇ ਵਪਾਰ ਆਪਣਾ ਇਹ ਕਾਹਦਾ ਪ੍ਰਧਾਨ ਵਪਾਰ ਮੰਡਲ ਦਾ ਪ੍ਰਧਾਨ ਆ ਇਹ ਰੈਕੋਟ ਦਾ ਰੈਕੋਟ ਸ਼ਹਿਰੀ ਦਾ ਮੈਂ ਰੈਕੋਟ ਦਿਹਾਤੀ ਤੋਂ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ ਦਾ 3 ਦਿਨ ਤੋਂ ਲਗਾਤਾਰ ਇਹ ਆਪਣਾ ਦੂਜਾ ਕੀ ਨਿਰਮਲ ਇਹਨੂੰ ਮੁੰਡੇ ਨੂੰ ਪੂਰਾ ਉਹ ਦਬਾਅ 'ਚ ਰੱਖਦਾ ਸੀਗਾ ਇਹਦੀ ਵੀ ਦਰਖਾਸਤ ਦਿੱਤੀ ਸੀ ਇਹ ਤੋਂ ਵੀ ਰੁਪਈਏ ਮੰਗੀ ਜਾਂਦਾ ਸੀਗਾ ਅੱਜ ਦਿਨ 'ਚ ਇਹਦੇ ਘੱਟੋ ਘੱਟ 4 ਫੋਨ ਆਏ 4 ਫੋਨ ਆਉਣ ਤੋਂ ਬਾਅਦ ਜਦੋਂ ਉਹਨੂੰ ਰੁਪਈਏ ਦਿੱਤੇ ਅਸੀਂ ਸਾਰੇ ਪਲੈਨਿੰਗ ਕੀਤੀ ਨੰਬਰਾਂ ਦੀ ਸਾਰੇ ਫੋਟੋ ਕਾਪੀਆਂ ਸਾਡੇ ਕੋਲ ਨੇ ਉਸ ਤੋਂ ਬਾਅਦ ਜਾਣ ਕੇ ਜਦੋਂ ਭੱਜਿਆ ਫਿਰ ਭੱਜਦੇ ਨੇ ਮੇਰੀ ਵੀ ਕੁੱਟ ਤੇ ਜੇ ਪਾੜੀ ਜੇ ਅਸੀਂ ਮਾਨ ਸਾਹਿਬ ਨੂੰ ਕਹਿੰਦੇ ਮਾਨ ਸਾਹਿਬ ਵੀ ਇੱਦਾਂ ਪੂਰਾ ਐਕਸ਼ਨ ਹੋਵੇ ਵੀ ਚੰਗੀ ਤਰ੍ਹਾਂ ਇਹ ਜਾਣ ਕੇ ਗਾਹਾਂ ਨੂੰ ਇਹੋ ਜਿਹੇ ਕੋਈ ਬੰਦਾ ਜ਼ੁਰਤ ਨਾ ਕਰੇ ਕਿਉਂਕਿ ਜਦੋਂ ਮਾਨ ਸਾਹਿਬ ਕਹਿੰਦੇ ਵੀ 1 ਰੁਪਈਆ ਖਾਣਾ ਵੀ ਸਾਡੇ ਲਈ ਸਰਫਾਸ ਦੀ ਗੱਲ ਆ ਵੀ ਇਹ ਇੱਥੇ 1000 ਰੁਪਈਏ ਤੂੰ ਹੀ ਖਾਈ ਜਾਂਦੇ ਨਾਲੇ ਤਨਖਾਹਾਂ ਲੈਂਦੇ ਆ ਪੂਰੀਆਂ ਵਧੀਆ ਉਹ ਇੱਥੋਂ ਭੱਜ ਚੁੱਕਿਆ ਗਾ
ਇੱਥੇ ਸੀਗਾ ਸਾਡੇ ਮੁਲਾਜ਼ਮ ਮੁਲਾਜ਼ਮ ਆਪਦੀ ਗੱਡੀ ਲੈ ਕੇ ਇੱਥੋਂ ਭੱਜ ਗਿਆ ਅਸੀਂ ਡੀ ਐਸ ਪੀ ਸਾਹਿਬ ਨੂੰ ਵੀ ਕਰਤਾ ਤਰ੍ਹਾਂ ਐਸ ਐਸ ਪੀ ਸਾਹਿਬ ਨਾਲ ਵੀ ਗੱਲ ਕਰ ਰਹੇ ਹਾਂ ਵੀ ਇਹਨਾਂ ਦੇ ਬਣਦੀ ਕਾਰਵਾਈ ਕੀਤੀ ਜਾਵੇ ਐਸ ਐਸ ਪੀ ਸਾਹਿਬ ਨੂੰ ਅਸੀਂ 15-20 ਦਿਨ ਪਹਿਲਾਂ ਵੀ ਜਾ ਕੇ ਜਗਰਾਉਂ ਕਹਿ ਕੇ ਆਏ ਦਫ਼ਤਰ 'ਚ ਐਸ ਪੀ ਡੀ ਪਰਮਾਰ ਸਾਹਿਬ ਵੀ ਬੈਠੇ ਸੀਗੇ ਅਸੀਂ ਕਿਹਾ ਵੀ ਸਾਡੇ ਰਾਏਕੋਟ 'ਚ ਲੁੱਟ ਪੂਰਾ ਲੁੱਟ ਖੋਹ ਅੱਡਾ ਹੀ ਬਣਿਆ ਪੈਗਾ ਥਾਣਾ ਸਿਟੀ ਰਾਏਕੋਟ ਵੀ ਸਾਹਿਬ ਅਸੀਂ ਇਹੀ ਗੱਲ ਕਰਦੇ ਹਾਂ ਵੀ ਇਹਨਾਂ ਦੇ ਬਣਦੀ ਕਾਰਵਾਈ ਕੀਤੀ ਜਾਵੇ।